ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ। ਅੱਜ ਦਾ ਮੁੱਦਾ, ਯੂਕੇ ਅਤੇ ਯੂਰਪ ਦੇ ਵਿੱਚ ਵੱਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਹੁੰਦੀ ਹੈ, ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੇ ਮਸਲੇ ਇਸ ਟਾਈਮ ਗੰਭੀਰ ਵਿਸ਼ੇ ਬਣੇ ਹੋਏ ਹਨ, ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰੀਏ, ਉਹਨਾਂ ਦੇ ਉੱਤੇ ਤੁਹਾਡੇ ਸੁਝਾਅ, ਤੁਹਾਡੇ ਫੀਡਬੈਕ, ਤੁਹਾਡੇ ਕਮੈਂਟਸ ਜਾਣੀਏ। ਚਾਹੇ ਉਹ ਮਸਲੇ ਧਾਰਮਿਕ ਹੋਣ, ਸਮਾਜਿਕ ਹੋਣ, ਚਾਹੇ ਉਹ ਕਿਸੇ ਸਿਆਸਤਦਾਨ ਦੇ ਮਸਲੇ ਹੋਣ, ਚਾਹੇ ਸਿਆਸੀ ਮਸਲੇ ਹੋਣ। ਅਜਿਹਾ ਮਸਲਾ ਜਿਹੜਾ ਕਿ ਸੁਰਖੀਆਂ ਦੇ ਵਿੱਚ ਇਸ ਟਾਈਮ ਬਣਿਆ ਹੋਇਆ, ਜਿਸ ਵਿਸ਼ੇ ਦੇ ਉੱਤੇ ਇੰਟਰਨੈਸ਼ਨਲ ਪੱਧਰ 'ਤੇ ਆ ਗੱਲ ਹੋ ਰਹੀ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਮਸਲਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਔਰ ਤੁਸੀਂ ਉਸ ਮੁਤਲਕ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਵਿਸ਼ਿਆਂ ਦੀ ਗੱਲ ਕਰਾਂ ਤਾਂ ਵਿਸ਼ਿਆਂ ਦੀ ਲਿਸਟ ਅਗਰ ਮੈਂ ਬਣਾਉਣਾ ਸ਼ੁਰੂ ਕਰਾਂ ਤਾਂ ਉਹ ਵਿਸ਼ੇ ਹਜੇ ਤੱਕ ਨਾ ਤਾਂ ਕਿਸੇ ਅੰਜਾਮ ਤੱਕ ਪਹੁੰਚੇ ਹਨ। ਆਗਾਜ਼ ਉਹਨਾਂ ਦਾ ਬਹੁਤ ਪਹਿਲਾਂ ਹੋਇਆ ਸੀਗਾ, ਅੰਜਾਮ ਹਜੇ ਤੱਕ ਸਿਰਫ ਚੱਲ ਰਿਹਾ, ਔਰ ਇਹ ਨਹੀਂ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅੰਜਾਮ ਕੀ ਕੁਝ ਹੋ ਸਕਦਾ, ਕਿਉਂਕਿ ਜਿਹੜਾ ਸੰਤਾਪ ਹੰਡਾਇਆ ਹੈ ਪੰਜਾਬੀਆਂ ਨੇ, ਜਿਹੜਾ ਸੰਤਾਪ ਹੰਡਾਇਆ ਹੈ ਉਹਨਾਂ ਵਸਨੀਕਾਂ ਨੇ, ਉਹਨਾਂ ਵਿਸ਼ਿਆਂ ਦੇ ਉੱਤੇ ਅੱਜ ਤੱਕ ਸਿਰਫ ਇੱਕ ਹੀ ਗੱਲ ਹੈ, ਉਹ ਹੈ ਕੁਐਸਚਨ ਮਾਰਕ। ਇਹ ਹੋਇਆ ਤਾਂ ਹੋਇਆ ਕਿਉਂ, ਇਹਦਾ ਕਾਰਨ ਕੀ ਸੀਗਾ, ਔਰ ਇਹ ਕਿਹਦੀ ਸਾਜਿਸ਼ ਸੀਗੀ, ਇਹ ਕੁਐਸਚਨ ਮਾਰਕਸ ਜਿਹੜੇ ਨੇ ਅੱਜ ਵੀ ਬਣੇ ਹੋਏ ਨੇ। ਕੁਐਸਚਨ ਮਾਰਕਸ ਇਸ ਕਰਕੇ ਬਣੇ ਹੋਏ ਨੇ, ਜਾਂ ਤਾਂ ਨਿੱਜੀ ਜਾਂ ਤਾਂ ਫਿਰ ਆਪਣੇ ਸਵਾਰਥ, ਜਾਂ ਤਾਂ ਫਿਰ ਸਿਆਸੀ ਰੋਟੀਆਂ ਲਈ, ਜਾਂ ਫਿਰ ਸਿਆਸੀ ਸਟੰਟਾਂ ਦੇ ਲਈ ਕਈ ਵੱਖ ਵੱਖ ਜਮਾਤਾਂ ਨੇ, ਕਈ ਵੱਖ ਵੱਖ ਸੰਸਥਾਵਾਂ ਨੇ, ਕਈ ਵੱਖ ਵੱਖ ਸਿਆਸਤਦਾਨਾਂ ਨੇ, ਕਈ ਵੱਖ ਵੱਖ ਪੋਲੀਟੀਕਲ ਪਾਰਟੀਜ਼ ਨੇ ਸਿਰਫ ਵਸਨੀਕਾਂ ਦੇ ਲਈ, ਆਪਣੇ ਵੋਟਰਾਂ ਦੇ ਲਈ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਇਹ ਫਿੱਟ ਕੀਤਾ ਕਿ ਇਹ ਸਿਰਫ ਅਸੀਂ ਕੁਐਸਚਨ ਮਾਰਕ ਹੀ ਰਹਿਣ ਦਿੰਦੇ ਹਾਂ, ਤਾਂ ਕਿ ਇਸ ਕੁਐਸਚਨ ਮਾਰਕ ਦਾ ਜਿਹੜਾ ਫਾਇਦਾ ਹੈ ਅਸੀਂ ਚੁੱਕ ਸਕੀਏ। ਕਿਉਂਕਿ ਮੈਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਜਦ ਤੋਂ ਇਹ ਪੱਤਰਕਾਰਿਤਾ ਸ਼ੁਰੂ ਕੀਤੀ ਹੈ, ਸਿਰਫ ਇਹ ਵੇਖਿਆ ਕਿ ਮਸਲੇ ਤਾਂ ਬਣਦੇ ਹਨ, ਵਿਸ਼ੇ ਤਾਂ ਬਣਦੇ ਹਨ, ਲੇਕਿਨ ਉਹਨਾਂ ਦਾ ਨਿਪਟਾਰਾ ਕਿਉਂ ਨਹੀਂ ਜਲਦ ਹੁੰਦਾ, ਕਿਉਂ ਮਸਲਿਆਂ ਨੂੰ ਸਿਰਫ ਪੋਲੀਟੀਕਲ ਪਾਵਰ ਨੂੰ ਗੇਨ ਕਰਨ ਦੇ ਲਈ ਵਰਤਿਆ ਜਾਂਦਾ, ਉਸ ਤੋਂ ਬਾਅਦ ਇਹ ਕੁਐਸਚਨ ਮਾਰਕ ਲੱਗ ਜਾਂਦਾ। ਮੈਂ ਚੈਲੰਜ ਕੀਤਾ ਸੀਗਾ ਉਹਨਾਂ ਹਿਮਾਇਤੀਆਂ ਨੂੰ, ਮੈਂ ਚੈਲੰਜ ਕੀਤਾ ਸੀਗਾ ਉਹਨਾਂ ਸਿਆਸਤਦਾਨਾਂ ਨੂੰ, ਮੈਂ ਚੈਲੰਜ ਕੀਤਾ ਸੀਗਾ ਉਹਨਾਂ ਪੈਰੋਕਾਰਾਂ ਨੂੰ ਕਿ ਤੁਸੀਂ ਇੱਕ ਵੀ ਵਿਸ਼ਾ ਮੈਨੂੰ ਦੱਸ ਦਿਓ ਜੋ ਕਿ TV ਦੀ ਡਿਬੇਟ ਬਣਦਾ ਹੈ, ਜੋ ਕਿ ਪ੍ਰਿੰਟ ਮੀਡੀਆ ਦੇ ਵਿੱਚ ਛਪਦਾ ਹੈ, ਔਰ ਜੋ ਕਿ ਪਬਲਿਕ ਡੋਮੇਨ ਦੇ ਉੱਤੇ ਲੋਕਾਂ ਵੱਲੋਂ ਡਾਇਲੋਗ ਬਣਦਾ, ਉਹਦਾ ਨਿਪਟਾਰਾ ਅੱਜ ਤੱਕ ਹੋਇਆ ਹੋਵੇ, ਅੱਜ ਤੱਕ ਹੋਇਆ ਹੋਵੇ। ਮੈਂ ਔਨ ਏਅਰ ਉਹਨਾਂ ਹਿਮਾਇਤੀਆਂ ਨੂੰ ਕਹਿੰਦਾ ਕਿ ਅਗਰ ਹੋਇਆ ਤਾਂ ਤੁਸੀਂ ਸਾਨੂੰ ਕਾਲ ਕਰਕੇ ਦੱਸੋ ਹੇਠ ਲਿਖੇ ਨੰਬਰ ਦੇ ਉੱਤੇ। ਵਿਸ਼ੇ ਕਿਉਂ ਬਣਦੇ ਹਨ ਔਰ ਕਿਸ ਵਿਸ਼ੇ ਨੂੰ ਕਿੰਨੀ ਹਾਈਪ ਮਿਲਣੀ ਚਾਹੀਦੀ ਹੈ ਔਰ ਕਿਸ ਤਰੀਕੇ ਨਾਲ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਫਿੱਟ ਕਰਨਾ ਚਾਹੀਦਾ ਔਰ ਫਿੱਟ ਹੋਣਾ ਚਾਹੀਦਾ ਔਰ ਕਿਵੇਂ ਫਿੱਟ ਕਰ ਸਕਦੇ ਹਾਂ ਤਾਂ ਕਿ ਜਿਹੜਾ ਸਾਡਾ ਜ਼ਿਹਨ ਹੈ ਉਹ ਦੂਜੇ ਪਾਸੇ ਨਾ ਜਾਏ, ਅਸੀਂ ਇਸ ਵਿਸ਼ੇ ਦੇ ਉੱਤੇ ਹੀ ਸੋਚੀਏ ਸਿਰਫ। ਲੇਕਿਨ ਨਹੀਂ, ਜਿੱਥੇ ਅਜਿਹੀਆਂ ਗੱਲਾਂ ਹੁੰਦੀਆਂ ਹਨ
ਜਿੱਥੇ ਕੁਐਸਚਨ ਮਾਰਕ ਲਗਾਏ ਜਾਂਦੇ ਹਨ। ਮੈਨੂੰ ਲੱਗਦਾ ਕਿ ਹੁਣ ਸਮਾਂ ਜਿਹੜਾ ਉਹ ਬਦਲਣਾ ਸ਼ੁਰੂ ਹੋ ਚੁੱਕਿਆ, ਕਿਉਂਕਿ ਇਮੋਸ਼ਨਲ ਔਰ ਸੈਂਟੀਮੈਂਟਸ ਦੇ ਨਾਲ ਖੇਲ ਕੇ, ਇਮੋਸ਼ਨਲ ਫੈਕਟਰ ਦੇ ਨਾਲ ਖੇਲ ਕੇ ਪੰਜਾਬੀਆਂ ਨੂੰ ਬਹੁਤ ਸਾਲਾਂ ਤੋਂ ਗੁੰਮਰਾਹ ਕੀਤਾ ਜਾ ਰਿਹਾ। ਲੇਕਿਨ ਹੁਣ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਹਨ ਚੇਂਜ ਹੋ ਰਹੀਆਂ ਹਨ। ਲੇਕਿਨ ਫਿਰ ਵੀ ਜ਼ਿਹਨ ਦੇ ਵਿੱਚ ਇਹ ਆਉਂਦਾ ਹੈ ਕਿ ਕਿਉਂ ਨਹੀਂ ਅੱਜ ਕੋਈ ਵੀ ਸਿਆਸਤਦਾਨ, ਅੱਜ ਕਿਉਂ ਨਹੀਂ ਕੋਈ ਵੀ ਪੋਲੀਟੀਕਲ ਪਾਰਟੀ ਇਹ ਏਜੰਡਾ ਬਣਾਉਂਦੀ ਕਿ ਅਸੀਂ ਡਾਇਲੋਗ ਉਹਨਾਂ ਗੱਲਾਂ ਨੂੰ ਲੈ ਕੇ ਕਰੀਏ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸੁਨੇਹਾ ਲੋਕਾਂ ਨੂੰ ਦੇਵੇ, ਨਵੀਂ ਪਨੀਰੀ ਨੂੰ ਦੇਵੇ, ਔਰ ਉਹਨਾਂ ਦੇ ਭਵਿੱਖ ਨੂੰ ਉਜਵਲ ਕਰੇ, ਉਹਨਾਂ ਦੇ ਭਵਿੱਖ ਨੂੰ ਸੁਨਹਿਰਾ ਕਰੇ। ਇਹ ਕਿਉਂ ਨਹੀਂ ਸੋਚਿਆ ਜਾਂਦਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਮੁੱਦਾ ਅਸੀਂ ਕੀਤਾ ਸੀਗਾ, ਬਹੁਤ ਪਹਿਲਾਂ ਕੀਤਾ ਸੀਗਾ, 3-4 ਹਫ਼ਤਿਆਂ ਪਹਿਲਾਂ ਕੀਤਾ ਸੀਗਾ, ਔਰ ਉਸ ਮੁੱਦੇ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀਗੀ ਜਿਹੜੇ ਫੈਕਟਸ ਨੇ ਉਸ ਮੁਤਲਕ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ, ਔਰ ਤੁਸੀਂ ਮੈਨੂੰ ਕਾਲ ਵੀ ਕਰਕੇ ਆਪਣੀਆਂ ਆਪਣੀਆਂ ਗੱਲਾਂ ਵੀ ਮੈਨੂੰ ਸੁਣਾਈਆਂ, ਆਪ ਬੀਤੀ ਮੈਂ ਤੁਹਾਨੂੰ ਸੁਣਾਈਆਂ ਉਹਨਾਂ ਲੋਕਾਂ ਦੀ ਫੋਨ ਦੇ ਉੱਤੇ ਜੋ ਉਹਨਾਂ ਦੇ ਨਾਲ ਵਾਪਰਿਆ ਉਸ ਟਾਈਮ। ਦੇਸ਼ ਦੀ ਆਜ਼ਾਦੀ ਆਉਣ ਵਾਲੀ ਹੈ 15 ਅਗਸਤ, ਔਰ 72 ਇੰਡੀਪੈਂਡੈਂਸ ਡੇ ਜਿਹੜਾ ਭਾਰਤ ਮਨਾਏਗਾ 15 ਅਗਸਤ ਨੂੰ। ਲੇਕਿਨ ਜੇਕਰ ਮੈਂ ਹੁਣ ਗੱਲ ਕਰਾਂ ਆਜ਼ਾਦੀ ਦੀ, ਲੇਕਿਨ ਜੇ ਮੈਂ ਗੱਲ ਕਰਾਂ ਫਰੀਡਮ ਦੀ, ਮੈਂ ਗੱਲ ਕਰਾਂ ਆਬੋ ਹਵਾ ਦੀ ਜਿਹਦੇ ਵਿੱਚ ਸਾਹ ਲੈ ਸਕਦਾ ਕੋਈ ਵੀ ਇਨਸਾਨ ਹੋਵੇ, ਉਹ ਕਿਸ ਗੱਲ ਦੀ ਆਜ਼ਾਦੀ ਮੰਗਦਾ? ਅੱਜ ਲਗਭਗ 34 ਸਾਲ ਹੋ ਗਏ, ਮੈਂ ਉਹਨਾਂ ਭਾਈਚਾਰੇ ਦੀ ਗੱਲ ਕਰ ਰਿਹਾ ਜੋ ਅੱਜ ਆਪਣੀ ਇਨਸਾਫ ਦੀ ਆਜ਼ਾਦੀ ਚਾਹੁੰਦਾ ਕਿ ਮੈਨੂੰ ਇਹ ਇਨਸਾਫ ਮਿਲ ਜਾਏ, ਮੇਰੇ ਲਈ ਉਹ ਆਜ਼ਾਦੀ ਹੈ। ਇਨਸਾਫ ਕਿਸ ਕਰਕੇ ਮੰਗ ਰਿਹਾ? ਉਹ ਮੰਗ ਰਿਹਾ ਜੀ 34 ਸਾਲ ਹੋ ਗਏ ਲਗਭਗ, ਮੈਂ ਇਹ ਇਨਸਾਫ ਮੰਗ ਰਿਹਾ ਕਿ ਜੋ ਸਾਡੇ ਨਾਲ ਹੋਇਆ ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ, ਦਿੱਲੀ ਦੇ ਆਲੇ ਦੁਆਲੇ, ਪੰਜਾਬ ਦੇ ਵਿੱਚ, ਉਹਦਾ ਇਨਸਾਫ ਸਾਨੂੰ ਦੇ ਦਿਓ। ਕਹਿਣ ਦਾ ਭਾਵ 31 ਅਕਤੂਬਰ ਤੋਂ ਲੈ ਕੇ 10 ਸਪਟੰਬਰ ਤੱਕ ਜੋ ਤਸ਼ੱਦਦਾਂ ਸਿੱਖ ਭਾਈਚਾਰੇ ਦੇ ਨਾਲ ਦਿੱਲੀ ਦੇ ਵਿੱਚ ਵਾਪਰੀ, ਜਿਹਨੂੰ 1984 ਸਿੱਖ ਵਿਰੋਧੀ ਦੰਗੇ ਕਰਾਰ ਦਿੱਤਾ ਜਾਂਦਾ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਔਰ ਉਸ ਤੋਂ ਬਾਅਦ ਸਿੱਖ ਡਾਇਸਪੋਰਾ ਉਹਨੂੰ ਮੰਨਦਾ ਕਿ ਇਹ ਦੰਗੇ ਨਹੀਂ ਸੀਗੇ, ਇਹ ਨਸਲ ਖੁਸ਼ੀ ਸੀਗੀ, ਚੁਣ ਚੁਣ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਨਿਸ਼ਾਨਾ ਬਣਾਇਆ ਗਿਆ ਸੀਗਾ। ਯਾਨੀ ਕਿ 34 ਸਾਲਾਂ ਦਾ ਉਹ ਕੁਐਸਚਨ ਮਾਰਕ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਸੀ, ਇਨਸਾਫ ਕਿੱਥੇ ਹੈ, ਵੇਅਰ ਇਜ਼ ਜਸਟਿਸ ਕੁਐਸਚਨ ਮਾਰਕ। ਇਟਸ ਬੀਨ 34 ਈਅਰਸ ਵੀ ਆਰ ਡਿਸਕਸਿੰਗ ਔਨ ਦ ਸੇਮ ਇਸ਼ੂ ਦੈਟ ਦ ਸਿੱਖ ਡਾਇਸਪੋਰਾ, ਦ ਸਿੱਖ ਲਿਵਿੰਗ ਇਨ ਇੰਡੀਆ, ਦ ਮਿਨੋਰਿਟੀਜ਼ ਲਿਵਿੰਗ ਇਨ ਇੰਡੀਆ, ਦੇ ਆਰ ਵੇਟਿੰਗ ਫੋਰ ਜਸਟਿਸ। ਹੁਣ ਤੱਕ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਮਿਲੇਗਾ। 2014 ਦੇ ਵਿੱਚ ਮੋਦੀ ਗਵਰਨਮੈਂਟ ਆਈ, ਪ੍ਰਧਾਨ ਮੰਤਰੀ ਮੋਦੀ ਨੇ ਸਪੈਸ਼ਲੀ ਕਿਹਾ ਕਿ ਜਿਵੇਂ ਹੀ ਮੈਂ ਪ੍ਰਧਾਨ ਮੰਤਰੀ ਬਣਾਂਗਾ SIT ਦਾ ਗਠਨ ਕਰਾਂਗਾ। SIT ਦੇ ਗਠਨ ਤੋਂ ਬਾਅਦ ਜਿਹੜੇ ਜਿਹੜੇ ਦੋਸ਼ੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਾਏ ਜਾਣਗੇ, ਕੇਸਿਸ ਨੂੰ ਰੀਓਪਨ ਕਰਾਂਗਾ। ਰੀਓਪਨ ਕਰਨ ਤੋਂ ਬਾਅਦ ਜਿਹੜੇ ਜਿਹੜੇ ਦੋਸ਼ੀ ਸਾਹਮਣੇ ਆਉਣਗੇ ਉਹਨਾਂ ਨੂੰ ਸਜ਼ਾ ਭੁਗਤਣੀ ਪੈਣਗੀ। ਲੇਕਿਨ ਅਗਰ ਮੈਂ ਇਹ 34 ਸਾਲ ਦਾ ਸਫ਼ਰ ਵੇਖ ਲਵਾਂ, ਲਗਭਗ ਇਸ ਸਫ਼ਰ ਦੇ ਵਿੱਚ ਵੱਖ ਵੱਖ ਸਿਆਸਤਦਾਨਾਂ ਵੱਲੋਂ ਸਮੇਂ ਸਮੇਂ ਦੇ ਵਿੱਚ, ਕਿਉਂਕਿ ਕੁਐਸਚਨ ਮਾਰਕ ਤੁਹਾਨੂੰ ਦੇਣਾ ਸੀ ਨਾ, ਸਮੇਂ ਸਮੇਂ ਦੇ ਵਿੱਚ ਬਿਆਨਬਾਜ਼ੀਆਂ ਹੋਈਆਂ, ਸਮੇਂ ਸਮੇਂ ਦੇ ਵਿੱਚ ਸਿਆਸੀ ਰੋਟੀਆਂ ਸੇਕੀਆਂ ਗਈਆਂ,
ਸਮੇਂ ਸਮੇਂ ਦੇ ਵਿੱਚ ਡੋਨੇਸ਼ਨਸ ਲਿੱਤੀਆਂ ਗਈਆਂ, ਸਮੇਂ ਸਮੇਂ ਦੇ ਵਿੱਚ ਤੁਹਾਨੂੰ ਇਸ ਮੁਤਲਕ ਇਮੋਸ਼ਨਲ ਕੀਤਾ ਗਿਆ, ਸਮੇਂ ਸਮੇਂ ਦੇ ਵਿੱਚ ਤੁਹਾਡੇ ਉੱਤੇ ਇਸ ਗੱਲ ਦਾ ਪ੍ਰਭਾਵ ਪਾਇਆ ਗਿਆ, ਜਿਸ ਕਰਕੇ ਸਮੇਂ ਸਮੇਂ ਦੇ ਵਿੱਚ ਵੱਖ ਵੱਖ ਜਮਾਤਾਂ ਨੇ ਆਪਣੀ ਸਿਆਸੀ ਰੋਟੀਆਂ ਵੀ ਸੇਕੀਆਂ ਅਤੇ ਨਾਲ ਨਾਲ ਆਪਣੇ ਬੈਂਕ ਬੈਲੈਂਸ ਨੂੰ ਵੀ ਵਧਾਇਆ, ਕਿਉਂਕਿ ਇਮੋਸ਼ਨਸ ਔਰ ਸੈਂਟੀਮੈਂਟਸ ਨਾਲ ਜੁੜਿਆ ਹੋਇਆ ਨਾ ਇਹ ਮੁੱਦਾ। ਲੇਕਿਨ ਹੁਣ ਕਹਿੰਦੇ ਨਾ ਕਿ ਚਲੋ ਦੇਰ ਆਏ ਦੁਰਸਤ ਆਏ, ਰੋਸ਼ਨੀ ਦੀ ਕਿਰਨ ਨਜ਼ਰ ਤਦ ਆਉਂਦੀ ਹੈ ਜਦ ਲੱਗਦਾ ਕਿ ਸ਼ਾਇਦ ਹੁਣ ਕੁਝ ਹੋ ਸਕਦਾ। ਅਗੇਨ ਕੁਐਸਚਨ ਮਾਰਕ। ਹੁਣ ਖਬਰ ਜੀ ਇਹ ਸਾਹਮਣੇ ਆਈ ਹੈ, ਫੈਸਲਾ ਤੁਸੀਂ ਕਰਨਾ, ਤੁਸੀਂ ਅੱਜ ਮੈਨੂੰ ਆਪਣੇ ਫੀਡਬੈਕ ਦੇਣੇ ਆ, ਕੰਕਲੂਜਨ ਤੁਸੀਂ ਇਸ ਮੁਤਲਕ ਕੱਢਣਾ। ਖਬਰ ਇਹ ਸਾਹਮਣੇ ਆਈ ਹੈ ਕਿ 11 ਸਪਟੰਬਰ ਤੋਂ ਹੁਣ ਇੱਕ ਫਾਸਟ ਟਰੈਕ ਕੋਰਟ ਜਿਹੜੀ ਆ, ਯਾਨੀ ਕਿ ਰੋਜ਼ਾਨਾ ਹੁਣ ਇਸ ਮੁਤਲਕ ਫੈਸਲਾ ਹੋਏਗਾ। ਸਵੇਰੇ ਸੱਜਣ ਕੁਮਾਰ ਅਤੇ ਜਿਹੜੇ ਹੋਰ ਕਨਵਿਕਟਿਡ ਨੇ ਜਗਦੀਸ਼ ਟੈਲਟਰ, ਉਹਨਾਂ ਨੂੰ ਕੋਰਟ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਪਏਗੀ। ਔਰ ਇਹ 11 ਸਪਟੰਬਰ ਤੋਂ ਲੈ ਕੇ ਅੱਗੇ ਜਿਹੜੀਆਂ ਡੇਟਾਂ ਨੇ, ਯਾਨੀ ਕਿ ਰੋਜ਼ਾਨਾ ਇਹ ਹੁਣ ਹੋਏਗਾ। ਕੋਸ਼ਿਸ਼ ਕੋਰਟ ਦੀ ਹੈਗੀ ਹੈ, ਕੋਸ਼ਿਸ਼ ਇਸ ਫਾਸਟ ਟਰੈਕ ਕੋਰਟ ਦੀ ਹੈਗੀ ਕਿ ਜਲਦ ਤੋਂ ਜਲਦ ਜਿਹੜਾ ਫੈਸਲਾ ਹੈ ਉਹ ਇਸ ਮੁਤਲਕ ਸੁਣਾਇਆ ਜਾਏ। ਲੇਕਿਨ ਕੀ ਤੁਹਾਨੂੰ ਲੱਗਦਾ ਕਿ ਜੋ 34 ਸਾਲਾਂ ਤੋਂ ਨਹੀਂ ਹੋ ਪਾਇਆ, ਇਹ ਫਾਸਟ ਟਰੈਕ ਕੋਰਟ ਇਸ ਮੁਤਲਕ ਹੁਣ ਜਿਹੜੀ ਹੈ ਤਜਵੀਜ਼ ਰੱਖੀ ਜਾ ਰਹੀ ਹੈ, ਇਸ ਮੁਤਲਕ ਸੋਚ ਸਕਦੀ ਹੈ ਜਾਂ ਫਿਰ ਇਸ ਮੁਤਲਕ ਨਿਆਏ ਮਿਲ ਸਕਦਾ, ਜਾਂ ਫਿਰ ਜਿਹੜੀ ਗੱਲ ਕਹੀ ਜਾ ਰਹੀ ਸੀਗੀ ਕਿ ਤੁਸੀਂ ਵੇਟ ਕਰੋ ਸਿੱਖਾਂ ਨੂੰ ਇਨਸਾਫ ਮਿਲ ਕੇ ਰਹੇਗਾ, ਕਿ ਹੁਣ ਇਹ ਫਾਸਟ ਟਰੈਕ ਕੋਰਟ 11 ਸਪਟੰਬਰ ਤੋਂ ਬਾਅਦ ਜਿਹੜੇ ਇਹ ਸੁਣਵਾਈਆਂ ਹੋਣਗੀਆਂ, ਜਿਹੜੀਆਂ ਦਲੀਲਾਂ ਰੱਖੀਆਂ ਜਾਣਗੀਆਂ, ਕਿ ਲੱਗਦਾ ਕਿ ਹੁਣ ਇਹ ਜਿਹੜਾ ਇਨਸਾਫ ਹੈ ਇਹ ਮਿਲ ਸਕਦਾ ਹੈ? ਕੁਐਸਚਨ ਮਾਰਕ। ਇਸੀ ਮੁਤਲਕ ਕਰਾਂਗੇ ਵਿਚਾਰ ਵਟਾਂਦਰਾ ਅੱਜ ਦੇ ਮੁੱਦੇ ਦੇ ਵਿੱਚ, ਇਸ ਬ੍ਰੇਕ ਤੋਂ ਉਸ ਪਾਰ।